काफी लोगों का फीडबैक भी ले सी, बिकॉज ऑफ काफी लोग की फर्स्ट डे तक कह के गए सी भी बहुत टेस्टी है जी। सेकंड डे असि फिर फीडबैक लेने स्टार्ट किए, बिकॉज ऑफ सानू लगया कि ए साडे काम दी चीज है। साडे कोल इक कस्टमर आए, उन्होंने साडे तो 100 वाली थाली लगवा ली जी, एंड वो खा भी नहीं पाए, वो कहंदे कि एक बंदे लिए तो बहुत ही ज्यादा है। बहुत रायता है जी। सर ए पालक पनीर आ गया जी, गरम गरम पालक पनीर कढ़ी पकौड़ा। देसी घ्यो वाली कड़ी है जी, देसी घ्यो। हाँ जी, साइड पे देख सकते हो सर, देसी घ्यो जी। ए सर अपने ब्लैक चने, ब्लैक चने सर, दाल मखनी, दाल मखनी जी, तो देख सकते हो, एंड गाड़ी, एंड गाड़ी गाड़ी दाल मखनी है। सत श्री अकाल मैम। सत श्री अकाल जी। मैम की नाम है थोड़ा जी? रमनदीप कौर। रमनदीप, रमनदीप मैम, मैम थैंक यू सो मच, तुम्हें टाइम दिता। मैम देख पा रहे हैं बड़ा ही सोहना जहा ट्रक बनाया और बड़िया सोहनिया सोहनिया लाइना लिखिया मैम, और मेन्यू भी देख पा रहे हैं बड़ा लंबा चौड़ा मेन्यू है मैम। की होंगे थोड़े को? ਸਾਡੇ ਕੋਲ ਬੇਸਿਕ ਇੱਕ ਥਾਲੀ ਹੈ ਜਿਹਦੇ ਵਿੱਚ 80 ਰੁਪੀਸ ਦੀ ਥਾਲੀ ਹੈ ਐਂਡ 100 ਰੁਪੀਸ ਦੀ ਥਾਲੀ ਹੈ ਜੀ, ਜਿਹਦੇ ਵਿੱਚ 100 ਵਾਲੀ ਆਪਣਾ ਸਵੀਟਸ ਰਹਿੰਦੇ ਆ, ਨਾਲ ਫ੍ਰੀ ਵੈਜੀਟੇਬਲਸ ਹੁੰਦੀਆਂ ਨੇ। ਅੱਛਾ ਜੀ। ਜਿਸ ਤਰ੍ਹਾਂ ਅੱਜ ਇਹਦੇ ਵਿੱਚ ਪਾਲਕ ਪਨੀਰ ਹੈ ਜੀ, ਤੁਹਾਡੀ ਚੋਇਸ ਹੈ ਰਾਜਮਾ, ਚਨੇ, ਕੜੀ, ਓਕੇ, ਕੁਛ ਵੀ ਤੁਸੀਂ ਲੈਣਾ ਚਾਹੋ, ਦਾਲ ਮੱਖਣੀ। ਅੱਛਾ ਜੀ ਜੀ। ਉਹਦੇ ਨਾਲ ਮਿਕਸ ਵੈਜ ਸਬਜ਼ੀ ਹੈ ਜੀ, ਨਾਲ ਆਪਣੇ ਰਾਇਤਾ, ਸੈਲਡ ਐਂਡ ਫ੍ਰੀ ਚਪਾਤੀਜ਼ ਹੁੰਦੀਆਂ ਐਂਡ ਰਾਈਜ਼ ਹੁੰਦੀ ਹੈ ਐਂਡ ਆਲ ਚੀਜ਼ਾਂ ਜੋ ਵੀ ਹੈ ਸਭ ਦੇਸੀ ਘਿਓ ਨਾਲ ਤਿਆਰ ਕੀਤੀਆਂ। ਸਾਰੀ ਦੇਸੀ ਘਿਓ ਨਾਲ? ਹਾਂਜੀ, ਦੇਸੀ ਘਿਓ। ਮੈਡਮ ਕਿੰਨੀ ਦੇਰ ਹੋ ਗਈ ਇੱਥੇ ਤੁਹਾਨੂੰ ਖੜੇ ਨੂੰ? ਸਰ 1.5 ਮੰਥ ਹੋ ਗਿਆ। ਓਕੇ, ਤੇ ਮੈਮ ਸੈਟਅਪ ਤੁਸੀਂ ਸਟਾਰਟ ਕੀਤਾ? ਜੀ ਮੈਂ। ਤੇ ਇਸ ਤੋਂ ਪਹਿਲਾਂ ਕੀ ਕਰਦੇ ਸੀ ਮੈਮ? ਸਰ ਮੈਂ ਬੇਸਿਕਲੀ, ਮੇਰਾ ਪ੍ਰੋਫੈਸ਼ਨ ਮੈਡੀਕਲ ਰਿਪਰੈਜ਼ੈਂਟੇਟਿਵ ਆ ਮੈਂ। ਓਕੇ ਜੀ। ਉਸ ਤੋਂ ਬਾਅਦ ਮੈਂ ਜੋ ਕਿ 2008 ਤੋਂ ਕਰ ਰਹੀ ਸੀ ਜੀ ਜੌਬ ਆਪਣੀ, ਹੁਣ ਅੱਗੇ ਕੁਝ ਆਪਣਾ ਸੈਟਅਪ ਕਰਨਾ ਸੀਗਾ, ਸਾਡਾ ਸੈਕਿੰਡ ਸੈਟਅਪ ਹੈ। ਦੈਨ ਆਲਰੇਡੀ ਸਾਨੂੰ ਬਹੁਤ ਪਿਆਰ ਮਿਲਿਆ ਪਹਿਲੇ ਸੈਟਅਪ ਵਿੱਚ, ਹੁਣ ਅਸੀਂ ਜੋ ਸੈਕਿੰਡ ਸੈਟਅਪ ਸਟਾਰਟ ਕੀਤਾ ਹੈ, ਪ੍ਰੋਪਰਲੀ ਲਾਈਵ ਕਿਚਨ ਹੈ, ਤੁਸੀਂ ਆਪਣਾ ਹਾਈਜੀਨ, ਆਪਣਾ ਫੂਡ ਦੇਖ ਕੇ ਕਿਚਨ ਲੈ ਰਹੇ ਜੀ, ਠੀਕ ਹੈ ਜੀ। ਐਨੀ ਕਿ ਘਰੋਂ ਬਣ ਕੇ ਆਣੀ ਹੈ ਰੋਟੀ, ਤਾਂ ਤੁਹਾਨੂੰ ਪਤਾ ਲੱਗਣਾ ਵਿੱਚ ਹੈ ਕਿ ਲਾਈਵ ਕਿਚਨ ਹੈ, ਲਾਈਵ ਸਭ ਕੁਝ ਬਣ ਰਿਹਾ। ਮੈਡਮ ਮੈਂ ਤਾਂ ਦੇਖ ਕੇ ਹੈਰਾਨ ਹਾਂ, ਮੈਂ ਇੱਧਰ ਵਾਲਾ ਮੈਨਿਊ ਵੀ ਦੇਖ ਪਾ ਰਿਹਾ ਔਰ ਇੱਧਰ ਵਾਲਾ ਮੈਨਿਊ ਵੀ ਦੇਖ ਪਾ ਰਿਹਾ, ਇੱਕ ਛੋਟੀ ਜੀ ਲਾਈਵ ਕਿਚਨ ਦੇ ਵਿੱਚ ਇੰਨਾ ਕੁਝ ਰੱਖਿਆ ਹੈ ਤੁਸੀਂ ਖਵਾਉਣ ਲਈ। ਹਾਂਜੀ ਸਰ, ਐਕਚੁਅਲੀ ਕਿਚਨ ਹੈ ਤੇ ਕਿਚਨ ਚ ਤਾਂ ਸਭ ਕੁਝ ਚਾਹੀਦਾ ਹੀ ਹੈ, ਆਪਣੇ ਕੋਲ ਸ਼ੇਕ, ਲੱਸੀ ਵਗੈਰਾ ਸਾਰਾ ਕੁਝ ਹੀ ਹੈ ਜੀ, ਸਭ ਕੁਝ ਹੁੰਦਾ ਹੈ। ਹਾਂਜੀ ਮੈਂ ਮਾਰਨਿੰਗ, ਆਫਟਰਨੂਨ ਤੇ ਰਾਤ ਦਾ ਜਿਹੜਾ ਡਿਨਰ ਹੈ ਸਾਰਾ ਡਿਫਰੈਂਟ ਡਿਫਰੈਂਟ ਹੁੰਦਾ ਹੈ, ਟਾਈਮਿੰਗ ਕੀ ਰਹਿੰਦੀ ਹੈ? ਆਪਣੇ ਕੋਲ ਡਿਨਰ ਨਹੀਂ ਹੁੰਦਾ ਜੀ, ਸਿਰਫ ਲੰਚ ਹੈ ਆਪਣੇ ਕੋਲ, ਸ਼ਾਮ ਦੇ ਵਿੱਚ ਸੈਟਰਡੇ ਸੰਡੇ ਓਨਲੀ ਪੀਜ਼ਾ ਔਰ ਬਰਗਰ ਹੈ, ਪੀਜ਼ਾ ਬਰਗਰ ਵੀ ਕਾਫੀ ਫੇਮਸ ਹੋ ਚੁੱਕਾ ਹੈ, ਤੇ ਆਪਣਾ ਪੀਜ਼ਾ ਕੁਝ ਜਿਵੇਂ ਮੰਥ ਵਿੱਚ ਇੱਕ ਸੈਟਰਡੇ ਹੁੰਦਾ ਹੈ, ਉਹਦੇ ਵਿੱਚ ਲੈਸ ਰੇਟਸ ਵਿੱਚ ਹੁੰਦਾ ਹੈ, ਅਦਰਵਾਈਜ਼ ਰੇਟ ਟੂ ਵੀ ਆਪਣੇ ਬਹੁਤ ਰੀਜ਼ਨੇਬਲ, ਜਿਹਨੇ ਪਾਕਟ ਵਾਲੇ ਰੇਟ ਨੇ, ਜਿਨ੍ਹਾਂ ਨੇ ਵੀ ਹੁਣ ਤੱਕ ਟਰਾਈ ਕੀਤਾ ਨਾ, ਉਹਨੂੰ ਬਹੁਤ ਅੱਛਾ ਕਮੈਂਟ ਹੈ, ਬਹੁਤ ਅੱਛਾ ਫੀਡਬੈਕ ਹੈ। ਫਸਟ ਡੇ ਜਦੋਂ ਅਸੀਂ ਸਟਾਰਟ ਕੀਤਾ ਸੀ, ਸਾਡਾ ਫੀਡਬੈਕ ਹੈ ਸਰ, ਸੁਧਾਰ ਲਈ ਸੁਝਾਵ, ਕੀ ਬਾਤ ਹੈ। ਅਸੀਂ ਫਸਟ ਡੇ ਜਦੋਂ ਸਟਾਰਟ ਕੀਤਾ, ਦੈਨ ਅਸੀਂ ਕਾਫੀ ਲੋਕਾਂ ਦੇ ਫੀਡਬੈਕ ਵੀ ਲਏ ਸੀ, ਬਿਕੋਜ਼ ਆਫ ਕਾਫੀ ਲੋਕੀ ਫਸਟ ਡੇ ਤਾਂ ਕਹਿ ਕੇ ਗਏ ਸੀ ਵੀ ਬਹੁਤ ਟੇਸਟੀ ਹੈ ਜੀ। ਸੈਕਿੰਡ ਡੇ ਅਸੀਂ ਫਿਰ ਫੀਡਬੈਕ ਲੈਣੇ ਸਟਾਰਟ ਕੀਤੇ, ਬਿਕੋਜ਼ ਆਫ ਸਾਨੂੰ ਲੱਗਿਆ ਕਿ ਇਹ ਸਾਡੇ ਕੰਮ ਦੀ ਚੀਜ਼ ਹੈ, ਕੰਮ ਦੀ ਚੀਜ਼ ਹੈ। ਬਟ ਮੈਂ ਦੇਖ ਰਿਹਾ ਆਊਟ ਆਫ 5 ਆਊਟ ਆਫ 5 ਟੇਸਟੀ, ਜਸਟ ਲਾਈਕ ਹੋਮ ਫੂਡ, ਨੋ ਸਪਾਈਸੀ। ਬਹੁਤ ਵਧੀਆ ਮੈਮ, ਬਹੁਤ ਵਧੀਆ, ਵੈਰੀ ਗੁੱਡ, ਵੈਰੀ ਗੁੱਡ, ਐਕਸਲੈਂਟ, ਗ੍ਰੇਟ ਫੂਡ। ਸਰ ਇਹ ਵੀ ਤੁਸੀਂ ਦੇਖ ਸਕਦੇ ਹੋ, ਇਹ ਕਸਟਮਰ ਦਾ ਫੀਡਬੈਕ ਹੈ, ਕਿਉਂਕਿ ਸਾਨੂੰ ਬੋਲਿਆ ਗਿਆ ਕਿ ਸਪੈਸ਼ਲੀ ਇਹ ਚੈਨਲ ਵੱਲੋਂ ਸੀਗਾ, ਵੈਰੀ ਗੁੱਡ ਟੇਸਟ ਜੀ, ਤੇ ਇਹਨਾਂ ਨੇ ਟੇਸਟ ਕਰਕੇ ਖੁਦ ਫਿਰ ਫੀਡਬੈਕ ਲਿਆ। ਅੱਛਾ, ਦੈਨ ਉਹਨਾਂ ਨੇ ਸਭ ਤੋਂ ਪਹਿਲਾਂ ਸਾਨੂੰ ਇੱਥੇ ਹੀ ਬੋਲਿਆ ਕਿ ਇੱਥੇ ਅਸੀਂ ਲਿਖ ਕੇ ਦੱਸਾਂਗੇ ਕਿ ਫੀਡਬੈਕ ਅੱਛਾ ਹੈ। ਮੈਂ ਬੜਾ ਐਕਸਾਈਟਿਡ ਹਾਂ, ਮੈਨੂੰ ਤੁਸੀਂ ਪਹਿਲਾਂ ਜੋ ਤੁਸੀਂ ਇੱਥੇ ਲਾਈਵ ਕਿਚਨ ਦੇ ਵਿੱਚ ਸਬਜ਼ੀਆਂ ਬਣਾਉਂਦੇ ਹੋ, ਮੈਨੂੰ ਉਹ ਦਿਖਾਓ, ਸਬਜ਼ੀਆਂ ਕਿਹੋ ਜਿਹੀਆਂ ਔਰ ਕੀ ਹੁੰਦਾ ਤੁਹਾਡੇ ਸਬਜ਼ੀਆਂ ਦੇ ਮੈਨੂ ਵਿੱਚ। ਅੱਛਾ, ਇਹ ਤੁਸੀਂ ਸਾਰਾ ਸੈਟਅਪ ਫੂਡ ਟਰੱਕ ਤੇ ਸਰਵਿੰਗ ਦਾ ਸਾਰਾ ਇੱਧਰ ਕੀਤਾ ਹੋਇਆ ਜੀ? ਐਕਚੁਅਲੀ ਸਰ ਥੋੜਾ ਜਿਹਾ ਕਿਸੇ ਕਿਸੇ ਟਾਈਮ ਰਸ਼ ਹੋ ਜਾਂਦਾ ਹੈ, ਤੇ ਦੈਨ ਚਪਾਤੀ ਨਾਲ ਨਾਲ ਮੇਕ ਹੁੰਦੀਆਂ ਰਹਿੰਦੀਆਂ, ਨਾਲ ਨਾਲ ਸਬਜ਼ੀ ਰਿਫਿਲ ਹੁੰਦੀ ਰਹਿੰਦੀ ਹੈ। ਸਾਰਾ ਤੁਸੀਂ ਆਪ ਬਣਾਉਂਦੇ ਹੋ ਮੈਡਮ? ਹਾਂਜੀ। ਕੀ ਬਾਤ ਹੈ ਸਰ, ਇਹ ਆਪਣੇ ਕੋਲ ਰਾਇਤਾ ਹੈ। ਅੱਛਾ, ਸਭ ਤੋਂ ਪਹਿਲਾਂ ਰਾਇਤਾ ਆ ਗਿਆ ਜੀ, ਮਿਕਸ ਵੈਜੀਟੇਬਲਸ ਵਾਲਾ ਰਾਇਤਾ ਹੈ ਜੀ। ਠੀਕ ਹੈ ਜੀ। ਸਰ ਇਹ ਪਾਲਕ ਪਨੀਰ ਆ ਗਿਆ ਜੀ, ਗਰਮ ਗਰਮ ਪਾਲਕ ਪਨੀਰ। ਸਰ ਇਹ ਨਾਲ ਨਾਲ ਰਿਫਿਲ ਹੁੰਦੀ ਰਹਿੰਦੀ ਹੈ, ਬਿਕੋਜ਼ ਆਫ ਵਿੱਚ ਪਨੀਰ ਜਿਵੇਂ ਰਿਫਿਲ ਹੁੰਦਾ ਰਹਿੰਦਾ ਨਾਲ। ਅੱਛਾ, ਓਕੇ। ਇਹ ਸਰ ਕੜੀ ਪਕੌੜਾ ਆਪਣਾ, ਕੜੀ ਪਕੌੜਾ ਇਹ ਦੇਸੀ ਘਿਓ ਵਾਲੀ ਕੜੀ ਹੈ ਜੀ, ਦੇਸੀ ਘਿਓ। ਹਾਂਜੀ, ਆ ਸਾਈਡ ਤੇ ਦੇਖ ਸਕਦੇ ਹੋ ਸਾਰਾ ਦੇਸੀ ਘਿਓ ਹੈ ਜੀ 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 ਮੈਂ ਦੇਖ ਪਾ ਰਿਹਾ ਮੈਮ। ਇਹ ਸਰ ਆਪਣੇ ਬਲੈਕ ਚਨੇ, ਬਲੈਕ ਚਨੇ ਜੀ, ਜੋ ਜਿਮ ਡਾਈਟ ਜ਼ਿਆਦਾ ਲੈਂਦੇ ਨੇ ਨਾ, ਉਹਨਾਂ ਲਈ ਬਲੈਕ ਚਨੇ ਬਹੁਤ ਅੱਛੇ ਹੁੰਦੇ ਨੇ, ਬਟ ਡੇਲੀ ਮੈਨਿਊ ਚ ਹੁੰਦੇ ਨੇ, ਵਾਈਟ ਕਈ ਵਾਰੀ ਹੁੰਦੇ, ਕਈ ਵਾਰੀ ਬਲੈਕ ਹੁੰਦੇ ਜੀ। ਸਰ ਇਹ ਦਾਲ ਮੱਖਣੀ, ਦਾਲ ਮੱਖਣੀ ਜੀ, ਤੁਸੀਂ ਚੈੱਕ ਕਰ ਸਕਦੇ ਹੋ, ਐਨ ਗਾੜੀ ਗਾੜੀ ਦਾਲ ਮੱਖਣੀ ਹੈ ਮੈਮ। ਸਰ ਸਾਡੇ ਰਾਜਮਾ, ਰਾਜਮਾ, ਵਾਹ ਕੀ ਬਾਤ ਹੈ। ਐਂਡ ਸਰ ਸਾਡੀ ਮਿਕਸ ਵੈਜ ਸਬਜ਼ੀ ਆਏਗੀ, ਮਿਕਸ ਵੈਜ ਸਬਜ਼ੀ, ਰਾਈਟ। ਐਂਡ ਸਰ ਬਿਰਿਆਨੀ ਰਾਈਜ਼ ਆਣਗੇ, ਬਿਰਿਆਨੀ ਰਾਈਜ਼, ਵਾਹ ਵਾਹ। ਮੈਮ ਮੈਂ ਤਾਂ ਸਹੀ ਦੱਸਾਂ, ਤੁਸੀਂ ਥਾਲੀ ਕਹਿ ਰਹੇ ਹੋ, ਮੈਂ ਤਾਂ ਇਹ ਕਹਿ ਰਿਹਾ ਰੋਡ ਸਾਈਡ ਤੇ ਬੂਫੇ ਲੱਗਿਆ ਹੋਇਆ ਇੱਥੇ ਮੈਮ, ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ, ਬੂਫੇ ਖਾਣਾ ਤਾਂ ਲੋਧੀ ਕਲੱਬ ਰੋਡ ਤੇ ਆ ਜਾਓ, ਰੋਡ ਸਾਈਡ ਤੇ ਲਗਾ ਰੱਖਿਆ।
ਵੈਰੀ ਗੁੱਡ ਮੈਮ। ਤੇ ਮੈਮ ਜਿਹੜੀ ਹੁਣ ਇਹ ਥਾਲੀ ਹੈ 80 ਤੇ 100 ਵਾਲੀ ਥਾਲੀ 99 ਵਾਲੀ, ਇਹ ਚ ਫਰਕ ਕੀ ਸਰ? ਗੁਲਾਬ ਜਾਮਨ ਤੇ ਕਿੰਨੀ ਸਬਜ਼ੀਆਂ ਦਾ ਫਰਕ ਰਹਿ ਜਾਂਦਾ ਸਰ? ਇੱਕ ਸਬਜ਼ੀ ਐਕਸਟਰਾ ਆਉਂਦੀ ਹੈ ਬੇਸਿਕ, ਸਾਡਾ ਮੁੱਦਾ ਇਹ ਨਹੀਂ ਹੈ ਕਿ ਅਸੀਂ ਇਹ ਚਾਹੁੰਦੇ ਹਾਂ ਕਿਉਂਕਿ ਅਸੀਂ ਅਨਲਿਮਿਟਿਡ ਦੇਣਾ ਹੈ। ਅਗਰ 80 ਵਾਲੀ ਥਾਲੀ ਚ ਅਗਰ ਕੋਈ ਚੀਜ਼ ਸਾਨੂੰ ਰਿਫਿਲ ਕਰਨੀ ਪੈ ਰਹੀ ਹੈ ਤਾਂ ਕੋਈ ਪ੍ਰੋਬਲਮ ਨਹੀਂ, ਕੋਈ ਪ੍ਰੋਬਲਮ ਨਹੀਂ ਹੈ। ਓਕੇ, ਐਂਡ ਸੈਕਿੰਡ ਥਿੰਗ ਇਹ ਹੈ ਕਿ ਕੋਈ ਕਹਿ ਰਿਹਾ ਕਿ ਮੈਂ ਰਾਜਮਾ ਟੇਸਟ ਕੀਤੇ ਬਟ ਮੈਂ ਕੜੀ ਵੀ ਟੇਸਟ ਕਰਨਾ ਚਾਹਨਾ, ਦੈਨ ਮੋਸਟ ਵੈਲਕਮ। ਓਕੇ, ਪੰਜਾਬੀਆਂ ਖਾਣਾ ਤੇ ਖਾਣਾ ਵੈਸੇ ਪੰਜਾਬੀਆਂ ਦੀ ਫਿਤਰਤ ਹੈ ਜੀ, ਮਤਲਬ ਅਨਲਿਮਿਟਿਡ ਹੈ, ਰਿਫਿਲ ਲਈ ਕੋਈ ਐਕਸਟਰਾ ਚਾਰਜਸ ਨਹੀਂ ਰਹਿੰਦੇ। ਓਕੇ ਮੈਮ ਜੀ। ਤੇ ਮੈਮ ਸ਼ੇਕਸ ਵਗੈਰਾ ਮਾਰਨਿੰਗ ਅਵੇਲੇਬਲ ਰਹਿੰਦੇ ਆ? ਸਰ ਸ਼ੇਕਸ ਫੁੱਲ ਡੇ ਅਵੇਲੇਬਲ ਰਹਿੰਦੇ ਆ, ਇਸ ਤੋਂ ਇਲਾਵਾ ਲੱਸੀ ਔਰ ਨਮਕੀਨ ਲੱਸੀ ਜੋ ਸਾਡੇ ਨਾਲ ਨਾਲ ਚੱਲਦੀ ਰਹਿੰਦੀ। ਚਲੋ ਮੈਮ, ਗੱਲਾਂ ਬਹੁਤ ਕਰ ਲਿਆ ਤੁਹਾਡੇ ਨਾਲ, ਹੁਣ ਟੇਸਟ ਕਰਨ ਦੀ ਵਾਰੀ ਆਈ ਹੈ। ਮੈਨੂੰ 100 ਰੁਪੀਸ ਵਾਲੀ ਮੈਮ ਥਾਲੀ ਲਗਾ ਕੇ ਦੋ। ਮੈਮ ਮੈਂ ਦੱਸ ਦੇ ਰਹੀ ਹਾਂ ਥਾਲੀ, ਸਭ ਤੋਂ ਪਹਿਲਾਂ ਕੀ ਕੀ ਆ ਗਿਆ? ਸਰ ਇੱਕ ਕਰਡ ਆ ਗਿਆ ਆਪਣਾ। ਅੱਛਾ, ਰਾਇਤਾ ਜੀ, ਪਾਲਕ ਪਨੀਰ, ਵਾਹ ਜੀ ਵਾਹ। ਸਰ ਆਪਣੀ ਥੋੜੀ ਜਿਹੀ ਵੈਜੀਟੇਬਲ ਆ ਗਈ ਬਿਲਕੁਲ ਸਾਈਡ ਤੇ। ਅੱਛਾ, ਬਿਕੋਜ਼ ਆਫ ਜੀ ਜਿੱਦਾਂ ਤੁਹਾਨੂੰ ਕਿਹਾ ਖਾਣਾ ਤੇ ਖਾਣਾ ਜੀ ਜੀ। ਸਰ ਮੈਂ ਚਨੇ ਪਾ ਕੇ ਦਿਖਾਉਂਗੀ ਤੁਹਾਨੂੰ। ਠੀਕ ਹੈ ਮੈਮ, ਤੁਸੀਂ ਦੇਖ ਸਕਦੇ ਹੋ ਬਿਲਕੁਲ ਠੀਕ ਚਨੇ। ਅੱਛਾ, ਬਿਲਕੁਲ ਬਿਲਕੁਲ ਮੈਮ। ਇਹਦੇ ਵਿੱਚ ਸਰ ਤੁਹਾਨੂੰ ਜਾਏਗਾ ਚਟਨੀ, ਕਿਆ ਬਾਤ ਹੈ, ਪਿਆਜ, ਮੂਲੀ, ਜਿੱਦਾਂ ਜਿੱਦਾਂ ਸਰ ਸੀਜ਼ਨ ਚੇਂਜ ਹੁੰਦਾ ਰਹੇਗਾ ਉਦੋਂ ਦਾ ਵੈਜੀਟੇਬਲਸ ਵੀ। ਓਕੇ, ਰਾਈਸ ਆ ਗਿਆ ਮੈਮ ਜੀ। ਸਰ ਔਰ ਮੈਂ ਦੇਖ ਪਾ ਰਿਹਾ ਰਾਈਸ ਵੀ ਬਹੁਤ ਅੱਛੀ ਕੁਆਲਿਟੀ ਦੇ ਲਗਾਏ ਹੋਏ ਤੁਸੀਂ ਜੀ। ਸਰ ਇਹ ਫੋਰਚੂਨ ਦੇ ਰਾਈਸ ਨੇ ਜਿਹੜੇ ਆਪਣੇ ਰੈਗੂਲਰ ਹੁੰਦੇ ਨੇ ਜੀ, ਬਿਰਿਆਨੀ ਰਾਈਸ ਨੇ। ਮੈਮ ਇੱਕ ਚੀਜ਼ ਹੋਰ ਪੁੱਛਾ, ਜਿੱਦਾਂ ਹੁਣ ਸਪੋਜ਼ ਮੈਨੂੰ ਥੋੜੇ ਰਾਈਸ ਵੀ ਐਕਸਟਰਾ ਚਾਹੀਦੇ ਆ, ਉਹ ਵੀ ਮਿਲ ਜੂਗੇ? ਹਾਂਜੀ ਹਾਂਜੀ ਸਰ, ਕੋਈ ਇਸ਼ੂ ਨਹੀਂ। ਫਿਰ ਤਾਂ ਬੁਫੇ ਹੋ ਗਿਆ ਮੈਮ ਜੀ। ਸਰ ਤੁਸੀਂ ਥਾਲੀ ਦਾ ਨਾਮ ਰੱਖਿਆ ਮੈਮ, ਬੁਫੇ ਰੱਖੋ ਦਾ ਨਾਮ? ਸਰ ਐਕਚੁਅਲੀ ਕੀ ਹੈ ਕਿ ਕੁਝ ਲੋਕਾਂ ਲਈ ਤਾਂ ਬਹੁਤ ਜ਼ਿਆਦਾ ਹੈ ਜ਼ਿਆਦਾ। ਐਕਚੁਅਲੀ ਪਰਸੋਂ ਸਾਡੇ ਕੋਲ ਇੱਕ ਕਸਟਮਰ ਆਏ, ਉਹਨਾਂ ਨੇ ਸਾਡੇ ਤੋਂ 100 ਵਾਲੀ ਥਾਲੀ ਲਗਵਾ ਲਈ ਜੀ, ਐਂਡ ਉਹ ਖਾ ਵੀ ਨਹੀਂ ਪਾਏ। ਉਹ ਕਹਿੰਦੇ ਕਿ ਇੱਕ ਬੰਦੇ ਲਈ ਤਾਂ ਬਹੁਤ ਹੀ ਜ਼ਿਆਦਾ ਹੈ। ਬਹੁਤ ਹੀ ਜ਼ਿਆਦਾ ਜੀ। ਓਕੇ, ਤੇ ਮੈਮ ਇਹਦੇ ਨਾਲ ਚਪਾਤੀ ਵੀ ਰਹਿੰਦੀ ਹੈ? ਸਰ ਇਹਦੇ ਵਿੱਚ ਤੁਹਾਨੂੰ ਨਾਲ 3 ਚਪਾਤੀ ਦਵਾਂਗੇ। 3 ਚਪਾਤੀਆਂ ਹੋ ਗਈਆਂ, ਐਂਡ ਉਸ ਤੋਂ ਇਲਾਵਾ ਇਹਦੇ ਨਾਲ ਇੱਕ ਗੁਲਾਬ ਜਾਮਣ। ਓਕੇ ਮੈਮ, ਹੁਣ ਇੱਕ ਕੰਮ ਕਰਿਓ ਤੁਸੀਂ, ਫੁੱਲੀ ਲੋਡਡ ਕਰਤੀ ਹੈ ਥਾਲੀ, ਇਹਦੇ ਵਿੱਚ ਹੱਲੇ ਚਪਾਤੀ ਇੱਕ ਰੱਖਿਓ। ਜੇ ਮੈਨੂੰ ਨੀਡ ਪਏਗੀ ਫਿਰ ਮੈਂ ਅਗਲੀਆਂ 2 ਚਪਾਤੀਆਂ ਲਵਾਂਗਾ ਤੁਹਾਡੇ ਕੋਲੋਂ। ਅਸੀਂ ਸਰ ਪਹਿਲੇ ਹੀ ਕਹਿੰਦੇ ਹਾਂ ਕਿ ਵੇਸਟ ਨਾ ਕਰੋ ਜੀ, ਤੁਸੀਂ ਲੈਣਾ ਹੈ ਅਗਰ ਤੁਸੀਂ 3 ਦੀ 4 ਚਪਾਤੀ ਵੀ ਲੈ ਲਓ ਸਾਨੂੰ ਖੁਸ਼ੀ ਹੋਏਗੀ, ਕੋਈ ਗੱਲ ਨਹੀਂ ਜੀ, ਲੇਕਿਨ ਵੇਸਟ ਨਾ ਕਰੋ। ਮੈਮ ਲੁਧਿਆਣੇ ਤੋਂ ਹੀ ਆਉਂਦੇ ਹੋ ਜੀ? ਸਰ ਮੈਂ ਲੁਧਿਆਣੇ। ਕੀ ਬਾਤ ਹੈ, ਤੇ ਪੂਰੀ ਲਾਈਵ ਕਿਚਨ ਸਜਾਈ ਹੋਈ ਤੁਸੀਂ? ਹਾਂਜੀ ਸਰ। ਇਹ ਕੁੱਕਰ 'ਚ ਕੀ ਰੱਖਿਆ ਮੈਮ? ਸਰ ਇਹ ਪਾਲਕ ਨਾਲ ਨਾਲ ਕੱਢਦੀ ਰਹਿੰਦੀ। ਅੱਛਾ, ਪਾਲਕ ਨਾਲ ਨਾਲ ਕੱਢਦੀ, ਉਹ ਖਤਮ ਹੁੰਦੀ ਜਾਂਦੀ ਹੈ ਫਿਰ ਇੱਥੋਂ ਰਿਫਿਲ ਹੁੰਦੀ ਜਾਂਦੀ। ਓਕੇ, ਔਰ ਫੁਲਕੇ ਵੀ ਪੂਰੇ ਗਰਮਾ ਗਰਮ ਕਰਕੇ ਦਿੰਦੇ ਹੋ ਹੈ ਮੈਮ? ਜੀ ਸਰ, ਰਾਈਟ। ਸਾਰੇ ਮਸਾਲੇ ਵਗੈਰਾ ਸਭ ਕੁਝ ਬਣਾਉਂਦੇ ਸੀ ਇੱਥੇ ਹੀ, ਬਟ ਕਸਟਮਰ ਇੰਨਾ ਵੇਟ ਨਹੀਂ ਕਰ ਪਾਉਂਦਾ, ਵੇਟ ਨਹੀਂ ਕਰ ਪਾਉਂਦਾ, ਕੁਝ ਨਾਲ ਨਾਲ ਬਣਾ ਕੇ ਰੱਖਣਾ। ਓਕੇ, ਬਾਕੀ ਸਭ ਕੁਝ ਦੇਸੀ ਕੁਝ ਆਏਗਾ। ਔਰ ਇਹ ਪੀਜ਼ੇ ਦਾ ਮੈਮ ਇੱਧਰ ਸੈਟਅਪ, ਪੀਜ਼ੇ ਦਾ ਲਗਾ ਰੱਖਿਆ ਹੈ? ਕੰਪਲੀਟ ਪੀਜ਼ੇ ਦਾ ਸੈਟਅਪ ਹੈ ਜੀ। ਜੀ, ਇਹਦੇ ਵਿੱਚ ਕੂਲਰ, ਪੀਜ਼ਾ ਵਗੈਰਾ ਬਣਦਾ, ਅੱਛਾ ਜੀ ਪਾਣੀ ਦੀ ਟੈਂਕੀ ਹੈ ਜੀ, ਨਾਲ ਨਾਲ ਵਾਸ਼ਿੰਗ ਵਗੈਰਾ ਸਭ ਕੁਝ ਆ ਸਕਦਾ, ਸਭ ਕੁਝ ਦੇਖ ਪਾ ਰਿਹਾ ਜੀ। ਇੱਕ ਛੋਟੇ ਜਿਹੇ ਟਰੱਕ ਦੇ ਵਿੱਚ ਤਾਂ ਤੁਸੀਂ ਸਾਰੇ ਦਾ ਸਾਰਾ ਰੈਸਟੋਰੈਂਟ ਹੀ ਲਗਾਤਾ ਹੈ। तो भाई साहब ये आ गई अपनी थाली, और ये 100 रुपीज की कॉस्ट है, रीफिलिंग अनलिमिटेड है भाई साहब। तो सबसे पहले जो मैं ट्राई करने लगा हूँ भाई, सब्जियों का टेस्ट करके देखता हूँ। पालक पनीर ट्राई करते हैं भाई साहब। बहुत ही बढ़िया टेस्ट है यार, द मोस्ट हाइजीनिक ढाबा ऑफ लोधी क्लब यार। ये काले चने देखते हैं यार, बहुत ही बढ़िया, अल्टीमेट। और अब आ गई भाई मिक्स वेज की सब्जी, कमाल है यार, कमाल यार। ओवरऑल ना मतलब फूड की क्वालिटी इतनी बढ़िया ना यार, कि मतलब कि मैंने पालक पनीर खाया, बड़े बड़े रेस्टोरेंट में भी आपको ऐसा पालक पनीर नहीं मिलेगा, और काले चने भाई साहब A1 है, A1। तो अभी मैं भाजी से ना थोड़ी सी दाल मखनी लेना चाहूँगा, क्योंकि बिकॉज ना इनकी दाल मखनी का टेक्सचर ना बहुत ही बढ़िया है। भाजी थोड़ी सी दाल मखनी मिल सकती कटोरी में देना भाजी? तो ये देखो यार, जबकि दाल मखनी मेरी प्लेट में नहीं है, बट फिर भी मैंने इनसे दाल मखनी ली है, और ये दाल मखनी मेरे को टेस्ट करने के लिए दे रहे हैं। आप भी ले सकते हो अगर आपने कुछ भी ट्राई करना है। और ये दाल मखनी चेक करो यार, इनकी सब कुछ ढककर रखा हुआ है, साफ सफाई इतनी है, देखो यार कितनी थिक दाल मखनी है। बस बस भाजी मेरे को टेस्ट ही करनी बस। तो ये मैंने लिया दाल मखनी, ये देखो दाल मखनी, दाल मखनी बहुत बढ़िया है यार इनकी।
दाल मखनी का टेस्ट करता हूँ भाई। भाई साहब मैंने कहा था ना, देखने से ही पता लग गया था यार कि मतलब ये चीज खाने में मस्त होगी। दाल मखनी A1 है यार, A1। तो ओवरऑल यार इस अभी तो मैंने सब्जियों का टेस्ट किया, सब्जियां बढ़िया हैं तो यार चावल और रोटी के साथ तो वैसे ही बेस्ट लगेंगी। तो ओवरऑल अगर इस फूड की मैं ग्रेडिंग दूँ ना, मैं भी यार यहाँ पे फीडबैक देके जाऊँगा 10 out of 10, मस्ट ट्राई करना। अब आप अभी आपको मैं लोकेशन समझाता हूँ कि आपको अगर ये थाली खानी है तो आपको कहाँ पे आना पड़ेगा। लुधियाना की मोस्ट फेमस रोड है लोधी क्लब रोड। आप जब फिरोजपुर रोड से लोधी क्लब को अंदर को आओगे ना, तो यहाँ पर एक सामने पार्क आता है और सामने फ्रूट्स की कार्ट्स लगी हुई हैं। कार्ट्स के बिल्कुल ऑपोजिट इधर ये टैक्सी स्टैंड है, इधर टैक्सी स्टैंड के बिल्कुल इधर ये ट्रक लगता है 12:30 से 1 बजे के करीब। लाइव किचन इधर लगती है और सर्व इधर होता है। तो मस्ट ट्राई करना, मस्ट ट्राई करना इनका फूड। और अगर आपको ये वीडियो अच्छा लगा, वीडियो को लाइक कर दे, शेयर कर दे और चैनल को सब्सक्राइब कर दे। तब तक के लिए टेक केयर।